ਦੇਹੋ ਸਜਣ ਅਸੀਂ ਸੜੀ ਜੋ ਹੋਵੇ ਸਾਹਿਬ ਸਿਉਂ ਮੇ ਦੇਹੋ ਸਜਣ ਅਸੀਂ ਸੜੀ ਜੋ ਹੋਵੇ ਸਾਹਿਬ ਸਿਉਂ ਮੇ ਦੇਹੋ ਸੱਜਣ ਅਸੀਂ ਸੜਣੀਆਂ ਜੋ ਹੋਵੇ ਸਾਹਿਬ ਸਿਉਮੇ ਹੋਵੇ ਸਾਹਿਬ ਸਿਉਮੇਲ ਜੋ ਹੋਵੇ ਸਾਹਿਬ ਸਿਉਮੇਲ ਹੋਵੇ ਸਾਹਿਬ ਸਿਉਮੇ ਜੋ ਹੋਵੇ ਸਾਹਿਬ ਸਿਉਮੇ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉਮੇ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉਮੇ ਸਾਹਿਬ ਸਿਉਮੇਲ ਜੋ ਹੋਵੇ ਸਾਹਿਬ ਸਿਉਮੇਲ ਹੋਵੇ ਸਾਹਿਬ ਸਿਉਮੇਲ ਜੋ ਹੋਵੇ ਸਾਹਿਬ ਸਿਉਮੇਲ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉਮੇ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਜੈਕਾਰ ਕੀਰਤ ਆਖੀਏ ਕਰਤੇ ਕਹੋਏ ਵਿਚਾਰੋ ਜੈਕਾਰ ਕੀਰਤ ਆਖੀਏ ਕਰਤੇ ਕਹੋਏ ਵਿਚਾਰੋ ਕਿਤਕਾਰ ਗਾਵੋ ਸੋਹਲਾ ਸਿਵਰੇ ਸਿਰ ਜਾਨ ਹਾਰੋ ਸਿਵਰੇ ਸਿਰ ਜਾਨ ਹਾਰੋ ਸਿਵਰੇ ਸਿਰ ਜਾਨ ਹਾਰੋ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉਮੇ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉਮੇ ਹੋਵੇ
ਸਾਹਿਬ ਸਿਓ ਮੇਲ, ਜੋ ਹੋਵੇ ਸਾਹਿਬ ਸਿਓ ਮੇਲ, ਹੋਵੇ ਸਾਹਿਬ ਸਿਓ ਮੇਲ, ਜੋ ਹੋਵੇ ਸਾਹਿਬ ਸਿਓ ਮੇਲ, ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਓਮੇ, ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਓਮੇ। ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਮੇਰੇ ਨਿਰਭਉ ਕਾ ਸੋਹਿਲਾ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਮੇਰੇ ਨਿਰਭਉ ਕਾ ਸੋਹਿਲਾ, ਜਿੱਤ ਸੋਹਲੇ ਸਦਾ ਸੁਖ ਹੋਵੇ, ਸੋਹਲੇ ਸਦਾ ਸੁਖ ਹੋਵੇ, ਸੋਹਲੇ ਸਦਾ ਸੁਖ ਹੋਵੇ, ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਓਮੇ, ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਓਮੇ, ਹੋਵੇ ਸਾਹਿਬ ਸਿਓਮੇ, ਜੋ ਹੋਵੇ ਸਾਹਿਬ ਸਿਓਮੇ, ਹੋਵੇ ਸਾਹਿਬ ਸਿਓਮੇ, ਹੋਵੇ ਸਾਹਿਬ ਸਿਓਮੇ, ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਓਮੇ, ਦੇਹੋ ਸੱਜਣ ਸੀਸੜੀਆਂ। ਤੇਰੇ ਦਾਨੇ ਕੀਮਤ ਨਾ ਪਵੇ, ਸਿਸਤਾ ਤੇ ਕਵਣ ਸੁਮਾ, ਨਿਤ ਨਿਤ ਜੀਅੜੇ ਸਮਾਲੀਏ, ਦੇਖੇਗਾ ਦੇਵਾਨ ਹਾਰ, ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸੁਮਾ, ਤਿਸ ਦਾਤੇ ਕਵਣ ਸੁਮਾਰ, ਦਾਤੇ ਕਵਣ ਸੁਮਾਰ, ਦੇਹੋ ਸੱਜਣ ਸੀਸੜੀਆਂ ਜੋ
ਹੋਵੇ ਸਾਹਿਬ ਸਿਉਮੇ। ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉਮੇ। ਕਰ ਕਰ ਇਹੋ ਪਹੁੰਚਾ ਸਗੜੇ ਨਿਤ ਪਵਨ, ਕਰ ਕਰ ਇਹੋ ਪਹੁੰਚਾ ਸਗੜੇ ਨਿਤ ਪਵਨ। ਸਦਾਣ ਹਾਰਾ ਸਿਮਰੀਏ ਨਾਨਕ ਸੇ ਦੇਹ ਅਵਨ, ਨਾਨਕ ਸੇ ਦੇਹ ਅਵਨ, ਨਾਨਕ ਸੇ ਦੇਹ ਅਵਨ। ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉਮੇ। ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉਮੇ। ਹੋਵੇ ਸਾਹਿਬ ਸਿਉਮੇਲ ਜੋ ਹੋਵੇ ਸਾਹਿਬ ਸਿਉਮੇ। ਸਾਹਿਬ ਸਿਉਮੇ ਹੋਵੇ ਸਾਹਿਬ ਸਿਉਮੇ। ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉਮੇ। ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉਮੇ। ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉਮੇ, ਜੋ ਹੋਵੇ ਸਾਹਿਬ ਸਿਉਮੇ, ਜੋ ਹੋਵੇ ਸਾਹਿਬ ਸਿਉਮੇ। ਦਿਓ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਉਮੇਲ। ਕਈ ਵਾਰੀ ਕਈ ਲੋਕ ਇੰਜ ਵੀ ਸਮਝ ਲੈਂਦੇ ਤਾਂ ਸ਼ਬਦ ਕਿਸੇ ਮਰੇ ਹੋਏ ਪ੍ਰਾਣੀ ਵਾਸਤੇ ਹੀ ਹੈ। ਨਹੀਂ ਭਾਈ, ਬਾਣੀ ਤਾਂ ਸਾਡੇ ਜਿਉਂਦਿਆਂ ਵਾਸਤੇ ਹੈ, ਮਰਿਆਂ ਵਾਸਤੇ ਬਾਣੀ ਨਹੀਂ ਹੈ, ਸਾਡੇ ਸਾਰਿਆਂ ਵਾਸਤੇ ਹੈ। ਸਾਰਿਆਂ ਨੇ ਇਹੀ ਬੇਨਤੀ ਕਰਨੀ ਹੁੰਦੀ ਗੁਰਸਿੱਖਾਂ ਦੀ ਸੰਗਤ ਵਿੱਚ, ਸਾਰਿਆਂ ਦਾ ਉਸ ਪਰਮਾਤਮਾ ਨਾਲ ਮੇਲ ਹੋ ਜਾਏ, ਉਸ ਵਾਹਿਗੁਰੂ ਨਾਲ, ਉਸ ਪਰਿਪੂਰਨ ਪਰਮਾਤਮਾ ਜੋ ਘੱਟ ਘੱਟ ਵਿੱਚ ਰਮਿਆ ਹੋਇਆ ਹੈ। ਅਗਲਾ ਸ਼ਬਦ ਵੀ ਮੈਂ ਤੁਹਾਨੂੰ ਸੋਹਲਾ ਸਾਹਿਬ ਜੀ ਦਾ ਸੁਣਾਉਣ ਲੱਗਾ ਤਾਂ ਮੈਨੂੰ ਥੋੜ੍ਹੀ ਵਿਆਖਿਆ ਕਰਨੀ ਪਈ। ਉਸ ਵਾਹਿਗੁਰੂ ਦਾ ਜਿਸ ਦੀ ਇਹ ਆਰਤੀ ਹੋ ਰਹੀ, ਕੈਸੀ ਆਰਤੀ ਹੋਈ ਭਵ ਖੰਡਨਾ ਤੇਰੀ ਆਰਤੀ, ਇਹ ਪਰਮਾਤਮਾ ਕਿੰਨੀ ਵਧੀਆ ਤੇਰੀ ਆਰਤੀ ਹੋ ਰਹੀ। ਇਸ ਗਗਨ, ਇਸ ਥਾਲ ਵਿੱਚ ਇਹ ਰਵ ਚੰਦ, ਇਹ ਸੂਰਜ, ਇਹ ਚੰਦਰਮਾ, ਇਹ ਦੀਪਕ ਬਣੇ ਨੇ, ਤਾਰਕਾ ਮੰਡਲ, ਜਨਕ ਮੋਤੀ, ਇਹ ਧੂਪ ਮਲਿਆਣ ਲਓ,
ਇਹ ਚੰਦਨ ਦੀ ਸੁਗੰਧੀ ਪਵਨ ਚਵਰੋ ਕਰੇ, ਇਹ ਹਵਾ ਤੈਨੂੰ ਚੌਰ ਕਰ ਰਹੀ ਹੈ। ਸਗਲ ਬਨਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ। ਉਸ ਵਾਹਿਗੁਰੂ ਦੀ ਇਹ ਆਰਤੀ ਹੋ ਰਹੀ, ਆਪ ਜੀ ਸ਼ਬਦ ਸਰਵਣ ਕਰੋ, ਉਪਰੰਤ ਦਾਸਰਿਆਂ ਵੱਲੋਂ ਸਮਾਪਤੀ ਹੋਏਗੀ, ਕਿਉਂਕਿ ਬਹੁਤ ਸਾਰੇ ਗੁਰੂ ਦੇ ਕੀਰਤਨੀਏ ਜਿਨ੍ਹਾਂ ਨੇ ਹਾਜ਼ਰੀ ਲਗਾਉਣੀ ਹੈ ਬੈਠੇ ਹੋਏ ਨੇ, ਸਿੰਘ ਸਾਹਿਬ ਵੀ ਆਏ ਨੇ। ਤਾਂ ਥੋੜ੍ਹਾ ਥੋੜ੍ਹਾ ਸਮਾਂ ਮੈਂ ਵੀ ਬਚਾਉਣ ਦੀ ਕੋਸ਼ਿਸ਼ ਕਰਾਂਗਾ, ਸਾਰਿਆਂ ਨੇ ਬਚਾ ਦੇਣਾ ਤਾਂ ਕਿ ਸਾਰਿਆਂ ਨੂੰ ਆਨੰਦ। ਭਾਈ ਗੁਰਵਿੰਦਰ ਸਿੰਘ ਜੀ ਹੱਥ ਜੋੜ ਰਹੇ ਨੇ, ਪਤਾ ਨਹੀਂ ਜ਼ਿਆਦਾ ਸਮਾਂ ਲਾਉਣ ਲਈ ਕਹਿੰਦੇ ਨੇ ਕਿ ਜਾਂ ਘੱਟ ਲਾਉਣ ਲਈ। ਅੱਛਾ, ਮੇਰਾ ਧੰਨਵਾਦ ਕੀਤਾ, ਫਿਰ ਮਿਹਰਬਾਨੀ ਜੀ, ਮੈਂ ਹੋਰ ਧੰਨਵਾਦ ਕਰਾਉਂ ਤੁਹਾਡੇ ਕੋਲ।